ਫਿਰੋਜ਼ਪੁਰ ਦੇ ਕਸਬਾ ਮੁੰਦਕੀ ਵਿੱਚ ਉਸ ਸਮੇਂ ਮਾਤਮ ਛਾ ਗਿਆ ਜਦੋਂ ਮਨੀਲਾ ਤੋਂ ਵਾਪਸ ਪਰਤੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਲੱਗਣ ਕਾਰਨ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਮਾਂ ਕਰਮਜੀਤ ਕੌਰ, ਪਤਨੀ ਸੁਖਵੀਰ ਸਿੰਘ ਵਾਸੀ ਮੁੰਦਕੀ ਨੇ ਪੁਲਿਸ ਨੂੰ ਬਿਆਨ ਕਲਮਬੱਧ ਕਰਵਾ ਕੇ ਦੱਸਿਆ ਕਿ ਉਸ ਦਾ ਲੜਕਾ ਇੰਦਰਜੀਤ ਸਿੰਘ 2 ਦਿਨ ਪਹਿਲਾਂ ਮਨੀਲਾ ਤੋਂ ਉਹਨਾਂ ਨੂੰ ਮਿਲਣ ਲਈ ਘਰ ਆਇਆ ਸੀ, ਜਿਸ ਨੂੰ ਦੋਸ਼ੀ ਗਗਨਦੀਪ ਸਿੰਘ ਉਹਨਾਂ ਦੇ ਘਰ ਆਇਆ ਅਤੇ ਉਸਦੇ ਬੇਟੇ ਨੂੰ ਨਾਲ ਲੈ ਗਿਆ। ਮਨੀਲਾ ਤੋਂ ਪਰਤੇ ਮ੍ਰਿਤਕ ਨੌਜਵਾਨ ਦੀ ਮਾਂ ਨੇ ਦੋਸ਼ ਲਾਉਂਦਿਆਂ ਦੱਸਿਆ ਕਿ ਉਸਦੇ ਲੜਕੇ ਨੂੰ ਨਸ਼ੀਲੇ ਜ਼ਹਿਰੀਲੇ ਟੀਕੇ ਦੀ ਓਵਰਡੋਜ਼ ਦੇ ਕੇ ਉਸ ਨੂੰ ਮੌਤ ਦੇ ਘਾਤ ਉਤਾਰਿਆ ਗਿਆ ਹੈ। ਪੁਲਿਸ ਵੱਲੋਂ ਮ੍ਰਿਤਕ ਨੌਜਵਾਨ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਗਗਨਦੀਪ ਖਿਲਾਫ਼ ਭਾਰਤੀ ਦੰਡਾਵਾਲੀ ਦੀ ਧਾਰਾ 304 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਦੂਜੇ ਪਾਸੇ ਮ੍ਰਿਤਕ ਨੌਜਵਾਨ ਦੇ ਮਾਮੇ ਨੇ ਇਸ ਮੌਤ ਦਾ ਜ਼ਿੰਮੇਵਾਰ ਸਰਕਾਰ ਨੂੰ ਦੱਸਿਆ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ 'ਚ ਨਸ਼ੇ ਨਾਲ ਲਗਾਤਾਰ ਹੋ ਰਹੀਆਂ ਮੌਤਾਂ ਲਈ ਸਿੱਧਾ ਸਾਡੀਆਂ ਸਰਕਾਰਾਂ ਜ਼ਿੰਮੇਵਾਰ ਹਨ, ਕਿਉਂਕਿ ਸਰਕਾਰਾਂ ਦੀ ਸਰਪ੍ਰਸਤੀ ਤੋਂ ਬਿਨਾਂ ਨਸ਼ਾ ਪਾਕਿਸਤਾਨ ਤੋਂ ਭਾਰਤ ਨਹੀਂ ਆ ਸਕਦਾ। ਉਹਨਾਂ ਕਿਹਾ ਕਿ ਨਸ਼ੇ ਦੇ ਸੁਦਾਗਰਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ, ਤਾਂ ਹੀ ਪੰਜਾਬ ਦੀ ਜ਼ਬਾਨੀ ਨੂੰ ਬਚਾਇਆ ਜਾ ਸਕਦਾ ਹੈ, ਨਹੀਂ ਤਾਂ ਇਸੇ ਤਰ੍ਹਾਂ ਹੀ ਨਸ਼ੇ ਦੇ ਨਾਲ ਮੌਤਾਂ ਹੁੰਦੀਆਂ ਰਹਿਣਗੀਆਂ। ਫਿਰੋਜ਼ਪੁਰ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਭੁੱਲਰ ਦੀ ਰਿਪੋਰਟ। ਜੀ ਹੁਣ ਦੋਤਰ ਬੇਟੇ ਫੋਨ ਆਇਆ, ਫੋਨ 'ਤੇ ਸੱਦ ਲਿਆ ਅਤੇ ਉੱਤੇ ਠੀਕ ਗੱਲ ਆਇਆ ਅਤੇ ਸਿਰ 'ਚ ਪਾਣੀ ਪੂਣੀ ਪਾਉਂਦੇ ਰਹੇ, ਉਹਨਾਂ ਨੂੰ ਜਦੋਂ ਦੇਖਿਆ ਮੌਤ ਹੋ ਗਈ, ਛੱਡ ਕੇ ਭੱਜ ਗਏ ਅਤੇ ਬਾਅਦ 'ਚ ਕਿਸੇ ਨੇ ਫੋਨ ਲਾਇਆ ਵੀ ਉਹਦਾ ਮੁੰਡਾ ਉੱਥੇ ਪਿਆ, ਇੱਦਾਂ ਨੂੰ ਖੱਟ ਗਿਆ। ਅਤੇ ਕਿੰਨੇ ਮਾਰਿਆ ਜੀ ਉਹਨੂੰ, ਕੌਣ ਸੀ ਬੰਦਾ ਜੀ? ਜੋ ਤਾਂ ਆ ਗਏ ਆਪਣੇ ਦੂਜਾ, ਉਹਦੇ ਕੈਮਰੇ ਲੱਗੇ ਸੀਗੇ, ਇੱਕ ਕੈਮਰੇ ਦੇ ਵਿੱਚ ਫੋਟੋ ਆਈ ਆ, ਬੰਦਾ ਤਾਂ ਇੱਕ ਫੜ ਲਿਆ ਉਹਨਾਂ ਨੇ, ਬਾਕੀ ਕਾਰੋਬਾਰੀ ਕਰੀ ਜਾਂਦੇ ਪੁੱਛ। ਅਤੇ ਹੁਣ ਤੁਸੀਂ ਕਾਨੂੰਨ ਤੋਂ ਕੀ ਮੰਗ ਕਰਦੇ ਹੋ? ਪਤਾ ਜੀ ਹੁਣ ਅਸੀਂ ਤਾਂ ਕਹਿੰਦੇ ਵੀ ਜਿਹੜਾ ਦੋਸ਼ੀ ਆ ਉਹਨੂੰ ਸਜ਼ਾ ਮਿਲਣੀ ਚਾਹੀਦੀ। ਅਤੇ ਇੰਦਰਜੀਤ ਸਿੰਘ ਸਾਡਾ ਭਾਣਜਾ ਜੀ, ਹਾਂਜੀ, ਅਤੇ ਪਰਸੋਂ ਇੱਕ ਦਿਨ ਪਹਿਲਾਂ 2 ਦਿਨ ਮਨੀਲਾ ਤੋਂ ਆਇਆ, ਹਾਂਜੀ ਹਾਂਜੀ, ਅਸੀਂ ਉਹਨੂੰ ਮਿਲਣ ਵਾਸਤੇ ਆਏ ਹਾਂ, ਹਾਂਜੀ, ਅਸੀਂ ਘਰ ਬੈਠੇ ਹਾਂ, ਭੈਣ ਵੀ ਸਾਡੀ ਘਰ ਬੈਠੀ ਆ, ਰੋਟੀ ਤਿਆਰ ਹੋਈ ਜਾਂਦੀ ਆ, ਤਾਂ ਇਹਨੂੰ ਫੋਨ ਆਇਆ ਵੀ ਇੰਦਰਜੀਤ ਤੈਨੂੰ ਮਿਲਣਾ। ਇਹ ਇੰਦਰਜੀਤ ਸਾਨੂੰ ਕਹਿ ਕੇ ਵੀ ਮਾਮਾ ਰੋਟੀ ਆਣ ਕੇ ਖਾਂਦੇ, ਮੈਂ ਮੈਨੂੰ ਦੋਸਤ ਮਿਲਣ ਵਾਸਤੇ ਆਵਾਜ਼ ਮਾਰਦੇ, ਮੈਂ ਮਿਲ ਕੇ ਆਉਂਦਾ। ਅਤੇ ਗਗਨਦੀਪ ਮੁੰਡੇ ਨੇ ਇਹਨਾਂ ਨੇ ਇਹਨੂੰ ਫੋਨ ਕਰਕੇ ਸੱਦਿਆ ਅਤੇ ਤਕਰੀਬਨ ਇਹ ਬਾਹਰ ਚਲਿਆ ਗਿਆ, ਅਸੀਂ ਇੱਥੇ ਘਰ ਬੈਠੇ ਹਾਂ, ਅਤੇ ਮੰਮੀ ਇਹਦੀ ਮਗਰੀ ਲੱਗ ਗਈ ਆ ਵੀ ਪੁੱਤ ਮੁੜਿਆ ਛੇਤੀ, ਅਤੇ ਸਾਡਾ ਜਗਦੇਵ ਸਿੰਘ ਦਾ ਲੜਕਾ ਉਹ ਵੀ ਸਾਡਾ ਭਾਣਜਾ ਹੀ ਲੱਗਦਾ, ਸਤਨਾਮ ਸਿੰਘ, ਅੱਧੇ ਕੁ ਘੰਟੇ ਬਾਅਦ ਸਤਨਾਮ ਸਿੰਘ ਨੂੰ ਫੋਨ ਆ ਗਿਆ ਵੀ ਭਾਈ ਤੁਹਾਡਾ ਇੰਦਰਜੀਤ ਡਿੱਗਿਆ ਪਿਆ, ਅਤੇ ਗਗਨਦੀਪ ਨੇ ਫੋਨ ਕੀਤਾ। ਕੀ ਕੋਈ ਉੱਥੇ ਇੰਜੈਕਸ਼ਨ ਪਿਆ ਸੀ ਜਦੋਂ ਲਗਾਇਆ? ਜਦੋਂ ਅਸੀਂ ਫਿਰ ਗਏ ਹਾਂ, ਸਤਨਾਮ ਹੀ ਗਿਆ, ਅਸੀਂ ਵੀ ਗਏ ਹਾਂ, ਭੱਜ ਕੇ ਗਏ ਹਾਂ, ਮਗਰ ਅਤੇ ਸਾਡੇ ਜਾਂਦਿਆਂ ਨੂੰ ਉੱਥੇ ਇਹ ਬੇਹੋਸ਼ੀ ਦੇ ਹਾਲਤ 'ਚ ਸੀਗਾ, ਅਤੇ ਉੱਥੇ ਇੱਕ ਜੈ ਸਰਿੰਜ ਪਈ, ਅਸੀਂ ਮੌਕੇ 'ਤੇ ਦੇਖੀ ਆ, ਬੇ ਆਬਾਦ ਨਵੀਂ ਕੋਠੀ ਪਈ ਜਾਂਦੀ ਸੀ ਡਾਕਟਰ ਨਾਗੀ ਹਸਪਤਾਲ ਦੇ ਮਗਲੇ ਪਾਸੇ, ਉਹ ਕੋਠੀ ਵੀ ਸਾਨੂੰ ਬਾਅਦ 'ਚ ਪਤਾ ਲੱਗਾ ਵੀ ਇਸੇ ਗਗਨਦੀਪ ਦੀ ਆ ਜਿਹੜੀ ਪਾਈ ਜਾਂਦੀ, ਅਤੇ ਅਸੀਂ ਜਾ ਕੇ ਹਸਪਤਾਲ ਲਿਆਂਦਾ ਅਤੇ ਡਾਕਟਰ ਨੇ ਇਹਨੂੰ ਡੈਡ ਕਰਾ ਦਿੱਤਾ। ਸਰਕਾਰ ਤਾਂ ਬੜੇ ਵੱਡੇ ਵੱਡੇ ਦਾਅਵੇ ਕਰਦੀ ਹੈ ਨਸ਼ਾ ਜਿਹੜਾ ਰੋਕਤਾ, ਨਸ਼ੇ ਦੀ ਹੀ ਰੋਕਥਾਮ ਲਈ ਬੜਾ ਕੁਛ ਕਰ ਰਿਹਾ, ਉਪਰਾਲੇ ਕਰ ਰਿਹਾ, ਕੀ ਕਹਿਣਾ ਤੁਹਾਡਾ ਵੀ ਨੌਜਵਾਨ ਜਿਹੜੇ ਜਾ ਰਹੇ ਨੇ ਨਸ਼ੇ ਦੀ? ਨਸ਼ੇ ਬਾਬਤ ਅਸੀਂ ਹੁਣ ਕੀ ਕਹਿ, ਸਰਕਾਰਾਂ ਤਾਂ ਕਰਵਾ ਰਹੀਆਂ ਕੰਮ, ਸਾਰਾ ਕੰਮ ਹੀ ਸਰਕਾਰਾਂ ਤੋਂ ਬਿਨਾਂ ਤਾਂ ਨਸ਼ਾ ਹੀ ਨਹੀਂ ਸਕਦਾ, ਪਾਕਿਸਤਾਨ ਤੋਂ ਬਿਨਾਂ ਆ ਪਾਕਿਸਤਾਨ 'ਚੋਂ ਆਪਾਂ ਨਹੀਂ ਜਾਏ, ਉੱਧਰ ਉੱਧਰ ਇੱਕ ਪਰਿੰਦਾ ਨਹੀਂ ਹਿੱਲ ਸਕਦਾ, ਜੇ ਸਰਕਾਰ 'ਚ ਚਾਹੇ ਤਾਂ ਕੁਛ ਜੋ ਕੁਛ ਮਰਜ਼ੀ ਕਰ ਸਕਦੇ। ਇਹਦੀ ਕਿੰਨੀ ਕੁ ਉਮਰ ਸੀ ਮੁੰਡੇ? ਇਹਦੀ ਤਕਰੀਬਨ 33 ਸਾਲ ਦੀ ਉਮਰ। ਵਿਆਹ ਸੀ? ਨਹੀਂ, ਸ਼ਾਦੀ ਕਰਾਉਣ ਵਾਸਤੇ ਆਇਆ। ਅਤੇ ਮਨੀਲਾ 'ਚ ਕਿੰਨੀ ਦੇਰ ਰਹਿ ਰਹੇ ਸੀ? ਮਨੀਲਾ 'ਚ ਤਕਰੀਬਨ ਇਹ 3 ਸਾਲ ਤੋਂ। 3 ਸਾਲ ਤੋਂ? ਹਾਂ, 3 ਸਾਲਾਂ ਬਾਅਦ ਇਹ ਇੱਥੇ ਪਹੁੰਚੇ ਸੀ, ਮਿਲਣ ਵਾਸਤੇ ਆਇਆ ਸੀ। ਹਾਂਜੀ, ਸ਼ਾਦੀ ਕਰਾਉਣ ਵਾਸਤੇ, ਇਹਦੀ ਸ਼ਾਦੀ ਕਰਾਉਣੀ ਸੀ। 3 ਤਰੀਕ ਨੂੰ ਵਾਸਤੇ ਸ਼ਾਦੀ ਹੋਣੀ ਸੀ ਜੀ। ਹਾਂਜੀ, ਅਤੇ ਹੁਣ ਕੀ ਮੰਗ ਸਰਕਾਰ ਤੋਂ ਵੀ ਨਸ਼ੇ ਬਾਰੇ ਕਹਿਣਾ ਚਾਹੀਦਾ? ਸਰਕਾਰ ਤੋਂ ਇਹੀ ਮੰਗ ਕਰਦੇ ਵੀ ਜਿਹੜਾ ਦੋਸ਼ੀਆਂ ਨੇ ਕਰਮ ਕੀਤਾ, ਵੀ ਗਾਂਹ ਹੋਰ ਵੀ ਕਿਸੇ ਦੇ ਮਾਵਾਂ ਦੇ ਪੁੱਤ ਨਾ ਮਰਨ, ਅਤੇ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ, ਨਸ਼ਾ ਨੂੰ ਬੰਦ ਕੀਤਾ ਜਾਵੇ। ਇਹ ਨਾ ਇੱਦਾਂ ਸੀਗਾ, ਜਿਹੜਾ ਆਪਣਾ ਇੰਦਰਜੀਤ ਸਿੰਘ ਮੁੰਡਾ ਮਨੀਲੇ ਰਹਿੰਦਾ ਸੀਗਾ, ਅਤੇ 3 ਤਰੀਕ ਨੂੰ ਇੱਥੇ ਆਇਆ ਆਪਣੇ ਪਿੰਡ ਆਪਣੇ ਮੁਰਕੀ, ਅਤੇ ਇਹਦੇ ਨਾਲ 5 ਤਰੀਕ ਨੂੰ ਕੱਲ੍ਹ ਕੋਈ ਮੁੰਡੇ ਸੀਗੇ ਗਗਨਦੀਪ ਸਿੰਘ, ਅਤੇ ਉਹ ਇਹਨੂੰ ਕਿਤੇ ਲੈ ਗਿਆ ਬਿਠਾ ਕੇ ਉੱਥੇ ਅਣਛਾਤੀ ਜਗ੍ਹਾ 'ਤੇ,
ਉੱਥੇ ਲਿਜਾ ਕੇ ਇਹਨੂੰ ਕਿਤੇ ਟੀਕਾ ਟੂਕਾ ਲਾਇਆ ਨਸ਼ੇ ਨੁਸ਼ੇ ਵਾਲਾ ਜਾਂ ਜ਼ਹਿਰੀਲਾ ਉਹਦੇ ਨਾਲ ਜਿਹੜੇ ਇਹ ਗਗਨਦੀਪ ਸਿੰਘ ਮੁੰਡਾ ਭੱਜਣ ਦੇ ਵਿੱਚ ਸਫਲ ਹੋ ਗਿਆ ਇਹਦੀ ਮੌਕੇ 'ਤੇ ਉੱਥੇ ਡੈਥ ਹੋ ਗਈ ਮਤਲਬ ਉੱਥੋਂ ਲਗਾਏ ਆ ਹਸਪਤਾਲ ਵਾਲਿਆਂ ਨੇ ਉਹ ਡੈਥ ਘੋਸ਼ਿਤ ਕਰਤਾ ਇਹਦੀ ਮੌਕੇ 'ਤੇ ਡੈਥ ਹੋ ਗਈ ਔਰ ਗਗਨਦੀਪ ਨੂੰ ਸਰ ਫੜਿਆ ਗਿਆ ਕਿ ਨਾ ਉਹ ਭੱਜਣ ਵਿੱਚ ਸਫਲ ਹੋ ਗਿਆ ਉਹਨੂੰ ਪੁਲਿਸ ਕੋਸ਼ਿਸ਼ ਕਰ ਰਹੀ ਹੈ ਉਹਨੂੰ ਫੜਨ ਦਾ ਇਹ ਪਰਚਾ ਕਿਹੜਾ ਕੀਤਾ ਸਰ ਇਹਨਾਂ 'ਤੇ ਇਹ 304 ਦਾ ਪਰਚਾ ਦਰਜ ਹੋਇਆ ਜੀ ਓਕੇ ਕਿਹੜੇ ਥਾਣੇ 'ਚ ਸਰ ਇਹ ਥਾਣਾ ਘੱਲਕੁੱਟ